ਸੋਣਾ ਮੈਨੂੰ ਨਹੀਂ ਪਤਾ ਇਹ ਤਾਂ ਬਸ ਤੂੰ ਵੀ ਜ਼ਫਰੀ ਬਹੁਤ ਸੋਣਾ ਹੈ ਜਿਸ ਗੱਡੀ ਤੇ ਤੂੰ ਮੈਨੂੰ ਆਂਦਿਆਂ ਵੇਖਿਆ ਮੈਂ ਉਹਦੀ ਪਹਿਲੀ ਕਿਸ਼ਤ ਅਦਾ ਕੀਤੀ ਹੈ ਅੱਛਾ ਜਿਹੜਾ 15 ਦਿਨ ਤੂੰ ਮੇਰੇ ਨਾਲ ਐਂਜੇਜ ਕਰਨਾ ਮੈਂ ਜਿਹੜੇ ਸ਼ੋਰੂਮ ਤੋਂ ਲਈ ਮੈਂ ਉਹਦੇ ਬਾਹਰ ਖਲੋ ਕੇ ਕਰਨ ਇੱਥੋਂ ਲਈ ਸੀ लकड़ी लाते नी पिछली कुड़ी ने स्टेप किया लाता भाई उसकी झोली जा पाई सी इस करके सानू सही तरह दस के तेनू केड़ा स्टेप आउंदा वाह दूजी साइड भी भला सही चलती वाह बहुत बढ़िया 8 लाख रुपया कादा स्टेप लाया है है ना हां 8 लाख का हां अगली टिकट ते ले ले पहले तू ए बस सानू माफी मिल गई है ते नेक्स्ट एक्सकार्ड ओए तू साडे नाल चलना किथे वैसे ही साडा दिल करता ਅਸੀਂ ਥਾਣੇ ਜਾ ਕੇ ਨਹੀਂ ਦੱਸਣਾ ਕਿ ਅਸੀਂ ਬੰਨਾ ਲੈ ਕੇ ਆਏ ਆ ਅੱਗੇ ਲੱਗ ਯਹੂਦੋ ਨਸਾਰਾ ਅੱਗੇ ਲੱਗ ਭਾਈ ਮੈਂ ਦੋ ਤਿੰਨ ਵਾਰੀ ਪਹਿਲੇ ਵੀ ਗਿਆ ਨਹੀਂ ਫਰਕ ਪਿਆ ਕੁੜੀ ਅਸੀਂ ਬਰਾਮਦ ਕਰਨੀ ਤੇ ਜੋ ਮਰਜ਼ੀ ਹੋ ਜਾਏ ਸ਼ੇਰ ਸਾਹਿਬ ਖਾਨਾ ਖਰਾਬ ਹੋ ਗਿਆ ਬੇੜਾ ਗਰਕ ਹੋ ਗਿਆ ਕੋ ਟੈਨਸ਼ਨ ਦਾ ਨਹੀਂ ਮੈਂ ਆਪਣੇ ਕਜ਼ਨ ਦਾ ਕਿਉਂ ਪਤਾ ਲੈਣ ਗਿਆ ਹਸਪਤਾਲ ਕਿਉਂ ਕੀ ਹੋਇਆ ਆ ਜਿਹੜੀ ਕੁੜੀ ਦਾ ਐਕਸੀਡੈਂਟ ਨਹੀਂ ਸੀ ਹੋਇਆ ਹਾਂ ਉਹ ਹਸਪਤਾਲ ਦਾਖਲ ਸੀ ਅੱਛਾ ਉਹ ਮੈਂ ਡਾਕਟਰ ਨਾਲ ਪੁੱਛਿਆ ਉਹਨੂੰ ਕੀ ਹੋਇਆ ਉਹ ਕਹਿੰਦੇ ਜੀ ਇਹਦੀ ਯਾਦਾਸ਼ਤ ਚਲੀ ਗਈ ਏ ਫੇਰ ਪਾਗਲ ਹੋ ਗਈ ਏ ਤੇ ਜਾਂ ਛੁੜਾਉਣ ਦਾ ਸਾਡਾ ਕਿੱਦਾਂ ਲੱਗੇ ਇੱਧਰ ਹੀ ਆ ਰਹੀ ਏ ਕਿਹੜੀ ਪਾਗਲ ਹੋਈ ਸਾਲੇ ਸਿੱਧੀ ਇੱਧਰ ਹੀ ਆ ਰਹੀ ਪਾਗਲ ਨੂੰ ਹੋਰ ਕੋਈ ਰਾਹ ਨਹੀਂ ਲੱਭ ਰਿਹਾ ਮੇਰੇ ਘਰ ਨੂੰ ਮੋਤੀਆਂ ਦੇ ਹਾਰ ਟੰਗੇ ਬਾਹਰ ਪਤਾ ਨਹੀਂ ਤੁਹਾਡੀ ਸ਼ਕਲ ਕਿਸੇ ਪੇਸ਼ ਕਰਨ ਵਾਲਾ ਮੇਰੀ ਹਰ ਹੀਰਾ ਮੰਡੀ ਦੀ ਔਰਤ ਇੱਧਰ ਆ ਰਹੀ ਬੇਟੇ ਇੱਥੇ ਆਵੇਂ ਮੇਰੇ ਮੱਥੇ ਨੂੰ ਲਾਉਣਾ ਨੂੰ ਗੈਟ ਆਊਟ ਸ਼ਟ ਅਪ ਕੋਲ ਦੇ ਉਹਨੂੰ ਜਿੱਡਾ ਮੱਥਾ ਇੱਕ ਅੱਧੀ ਤਲਵਾ ਹੁਣ ਕੀ ਬਣੇਗਾ ਯਾਰ ਕਿਤੇ ਇੱਧਰ ਹੀ ਨਾ ਆ ਜੇ ਆਈਓ ਅੱਬਾ ਜੀ ਤੱਕ ਅੱਬਾ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਕੁਛ ਨਹੀਂ ਬੇਟਾ ਅੱਬਾ ਜੀ ਮੈਂ ਕੀ ਇੱਥੇ ਕਰਨਾ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਕਿੰਨਾ ਯਾਦ ਕੀਤਾ ਹਾਂਜੀ ਤੁਹਾਨੂੰ ਕਿੰਨਾ ਯਾਦ ਕੀਤਾ ਮੈਂ ਕਿਉਂ ਮੇਰੇ ਸਿਰ ਤੇ ਕਿਉਂ ਕਿ ਪਿਆਰ ਤੋਂ ਬੋਨਾ ਅੱਬਾ ਜੀ ਠੀਕ ਹੈ ਬੇਟਾ ਮੇਰੀ ਤਰੱਕੀ ਦਾ ਲਾਲਨ ਨੌਕਰੋਂ ਡਾਇਰੈਕਟ ਅੱਬਾ ਹੋ ਗਿਆ ਅੱਬਾ ਜੀ ਬਾਕੀ ਸਭ ਕਿੱਥੇ ਨੇ ਬੇਟਾ ਬਾਕੀ ਸਭ ਰਹਿ ਹੀ ਗਿਆ ਜਦੋਂ ਮੈਂ ਹੀ ਅੱਬਾ ਹੋ ਗਿਆ ਅੱਬਾ ਜੀ ਬੜੀ ਯਾਦ ਕਰੀ ਸੀ ਮੈਂ ਤੁਹਾਨੂੰ ਤੁਹਾਡੀ ਸ਼ਫਕਤ ਨੂੰ ਬਹੁਤ ਮਿਸ ਕੀਤਾ ਬਹੁਤ ਯਾਦ ਕੀਤਾ ਮੈਂ ਤੇ ਮੇਰੀ ਗੱਲ ਸੁਣੋ ਉਸ ਗੱਡੀ ਵਾਲੇ ਤੇ ਲਾਨਤ ਵੀ ਜਿੰਨੇ ਤੈਨੂੰ ਮਾਰ ਕੇ ਮੈਨੂੰ ਅੱਬਾ ਬਣਾਇਆ ਨਹੀਂ ਤੁਸੀਂ ਅੱਬਾ ਹੀ ਹੋ ਓਏ ਫੇ ਫੇਰ ਆ ਗਈ ਓਏ ਓਏ ਨੌਕਰ ਅੱਲਾਹ ਕਰੇ ਤੈਨੂੰ ਤਮੀਜ਼ ਨਹੀਂ ਗਈ ਕਿਵੇਂ ਆਪਣੇ ਮਾਲਕ ਨਾਲ ਗੱਲ ਕਰ ਰਹੇ ਅਰੇ ਅੱਖਾਂ ਚੁੱਕ ਕੇ ਕੀ ਦੇਖ ਰਹੇ ਹੈ ਓਹੋ ਥੱਲੇ ਥੱਲੇ ਬੈ ਓਏ ਥੱਲੇ ਬੈ ਓਏ ਕੀ ਤੇ ਇੱਥੇ ਕਿਉਂ ਲੈ ਆਇਆ ਹਾਂ ਕੀ ਬੰਦੇ ਆ ਪੁੱਤਰਾ ਕੁਛ ਨਹੀਂ ਮੈਂ ਕਹਿ ਰਿਹਾ ਕਲਮਾ ਠੀਕ ਨੇ ਤੁਹਾਡੇ ਓਏ ਕੀ ਹੋ ਗਿਆ ਤੈਨੂੰ ਖੈਰ ਹੈ ਗੱਲ ਸੁਣ ਕੰਮ ਕਰਦੇ ਨਹੀਂ ਨੌਕਰ ਨਾ ਹੁੰਦੇ ਜ਼ਿਆਦਾ ਨੌਕਰ ਤੁਸੀਂ ਵਾਸੀ ਗੱਲ ਕਰ ਰਹੇ ਓਏ ਮਾਲਕ ਮਾਲਕ ਵੇ ਤੇਰੇ ਮਾਲਕ ਦੀ ਵੀ ਐਸੀ ਦੀ ਟੈਸਟ ਸ਼ਰਾਬ ਕਮੀ ਕਮੀਨ ਨੌਕਰ ਜਾਤ ਨਹੀਂ ਜੇ ਮੂਕਰਾ ਬਰਾ ਖਿੱਚ ਕੇ ਰੱਖੋ ਨੂੰ ਖਿੱਚ ਕੇ ਰੱਖੋ ਬਾਜੀ ਸ਼ਰਮ ਨਹੀਂ ਆਤੀ ਓਏ ਟਿੰਡ ਵਾਲੇ ਤੇਰੀ ਭੈਣ ਨੂੰ ਤੇਰੀ ਨੂੰ ਐ ਤੇ ਲੈ ਏ ਗਾਲਾ ਕੱਢ ਰਹੇ ਹੋ ਨਹੀਂ ਨਹੀਂ ਗਾਲਾ ਕੱਢ ਰਹੇ ਮਾਲਕ ਨੂੰ ਗਾਲੀਆਂ ਨਿਕਾਲਦੇ ਹੋ ਉਹ ਪਾਗਲ ਹੈ ਮੈਂ ਸਹੀ ਹਾਂ चलो छोड़ो नौकर कमी कमी जी बेटा मैं ही सी हां चाचा जी चाचा जी ਤੁਸੀਂ ਐ ਵੇਖੋ ਨਾ ਕੀ ਹਾਲਾਤ ਹੋ ਗਏ ਨੇ ਘਰ ਦੇ ਨੌਕਰਾਂ ਦੇ ਅੱਪਾ ਜੀ ਨਾ ਬਦਤਮੀਜ਼ੀ ਕਰ ਰਹੇ ਨੇ ਤੁਸੀਂ ਕੋਈ ਖਿਆਲ ਨਹੀਂ ਰੱਖ ਰਹੇ ਚਾਚਾ ਜੀ ਉਹ ਕਿਹੜਾ ਚਾਚਾ ਤੇਰੇ ਚੱਕਰਾਂ 'ਚ 6 ਦਫਾ ਮੈਂ ਸਨੀ ਲਿਓਨ ਦੀ ਫਿਲਮ ਵੇਖ ਵੇਖ ਕੇ ਜਾ ਓ ਬਾਜੀ ਵੇਖੋ ਚਾਚਾ ਜੀ ਕਿੱਸੇ ਗੱਲਾਂ ਮੈਂ ਸਮਝਾ ਲੈਣਾ ਬੇਟਾ ਇਹਨੂੰ ਕੀ ਹੋਇਆ ਤੁਹਾਨੂੰ ਅਸਲ ਜਿਹਦਾ ਐਕਸੀਡੈਂਟ ਹੋਇਆ ਸੀ ਇਹਦੀ ਯਾਦਾਸ਼ਤ ਚਲੀ ਗਈ ਹੈ ਤੇ ਰਲ ਕੇ ਪੈ ਜਾਓ ਇਹਨੂੰ ਕਿਹੜਾ ਯਾਦ ਰਹਿਣਾ ਹੈ ਮੇਰੇ ਖਿਲਾਫ ਛੜਿਆਂ ਦਾ ਦੁੱਖ ਵਖਰੇ
चल नौकर उस गड्डी वाले ते लाना ते तेरी याददाश्त आली नाड़ ते चाड़ता उन्हें टायर माल मालक की भी पिन्नी दबाओ। हाँ खिदमत कर चल चल मुंह से दबाओ। हाँ तू सो ले तो ना मुड़े एक लात अरे सर्दी है क्या छोटा ही है तो ले छोटी छोटी स्कूल नहीं गया सब तो छोटा पैकेट भी 60 रुपए का तगे दी निकर नहीं आदी है ना मेरी निकरा नहीं धोने ये चूस के सोते ने तू ही तो इनस तो बाद सारे काम सारी जिंदगी बच्चियां दे वाल नहीं आंदे बहुत अच्छे तेन सही गड्डी वजी मतलब ब्याज दवा बंद कब की नहीं लागे अकल ते पर्दा पा गई खामोश कमी कमी नौकरजात घटिया कुछ खादा पीते कि नहीं कमजोर लग रहे अब जी ना कुछ खान ले एक्सीडेंट होया जेनी तवादन खराब हो गया याददाश्त चली गई है टायर चढ़ना ਉਹਨੇ ਮੈਨੂੰ ਪਿਓ ਬਣਾਤਾ ਬਾਕੀ ਕੀ ਰਹਿ ਗਏ ਜਾਨੂ ਇਧਰ ਆਓ ਮੈਨੂੰ ਲੱਗਦਾ ਕਿ ਲਾਲਾ ਜੀ ਨਾਰਾਜ਼ ਨੇ ਸਾਡੇ ਕੋਲ ਜਾਨੂ ਇਹਨਾਂ ਜਾਨੂ ਯੈਸ ਅੱਛਾ ਹਾਲੀ ਤੂੰ ਸਟਾਰ ਹੈਗੀ ਹੈ ਹਾਲੀ ਅੱਲਾ ਨੇ ਤੇਰੇ ਤੇ ਬੜਾ ਟਾਈਮ ਰੱਖਿਆ ਵੈਸੇ ਐਂਡ ਇਹੋ ਜਿਹੀਆਂ ਕੁੜੀਆਂ ਦਾ ਇੰਜ ਹੀ ਹੁੰਦਾ ਲੇਕਿਨ ਤੂੰ ਬਚ ਜਾ ਇਹੋ ਜਿਹੀਆਂ ਬਾਅਦ ਚ ਕਹਿ ਰਹੀਆਂ ਹੁੰਦੀਆਂ ਮੈਨੂੰ ਤੂੰ ਉਦੋਂ ਵੀ ਚੰਗਾ ਹੀ ਲੱਗਦਾ ਸੀ ਯਾਰ ਇਹ ਲੱਗ ਕਦੀ ਵੀ ਤੇ ਨਹੀਂ ਗਿਆ ਚਾਹ ਪਿਆ ਤੈਨੂੰ ਕੀ जानू तुसी माफी मांग लो लगता है ना नाराज नहीं लाला जी साडे कोलो ना माफी दे दे मुझे जेब चो हाथ कर केड़ी मरोड़ी देन दे झोली च पा के गली च बैठा सी दूरों जो वेख दे लगता ही प्यो की सलवार पाटी अपनी बकबक बंद करो तेनू मैं क्या सी मैं बर्दाश्त नहीं करांगा तू फिर लेके इस घर च आ गया मैं नहीं लेके आया तेरे पिछे ही हो आई है तेनू मैं प्यार ना समझाया सी इस घर चो चली जा मगर तेनू इज्जत रास नहीं तुसी हीरा मंडी दियां कुड़ियां प्यार दी जबान समझदी ने दफा हो जा इत्थों आप कब आए देख रहे हैं ये ते बड़ी स्पीड च आया क्योंकि वाल ते है कोई नहीं सी अपनी शकल च दिखा रही है
मैं तेनू कहा सी के बेटा मैं तेनू कदी भी कबूलांगा नहीं क्योंकि तुहाडा तवायफा दा रूप ही एक नहीं हुंदा। ए की रूप है की है सब ये जो कुछ देर पहले का रूप था ये कुदरत का तख्लीक किया हुआ रूप था और ये जो तवायफ का रूप है ये कुदरत का नहीं ये मुआशरे का तख्लीक किया हुआ रूप है। औरत जब पैदा होती है ना तो वो बद किरदार होती है और ना ही तवायफ, ये मुआशरा ही उसको बद किरदार भी बनाता है और तवायफ भी। और ये मुआशरा जिस हवा से पैदा हुआ है उसी हवा की बेटी को अपनी तस्कीन के लिए इस्तेमाल कर रहा है और अपने गुनाहों पर पर्दा डालने के लिए उसे तवायफ करना शुरू कर देता है। इस मुआशरे ने तवायफ को कभी अपना खून माना ही नहीं। ये मुआशरा अगर तवायफ को अपना खून तस्लीम कर ले तो औरत भी कुदरत के तख्लीक किए हुए रूप को अपना लेगी, तवायफ के रूप को नहीं। हाँ, तवायफ के रूप को नहीं। मैं माफ कर दियो भाई, मैं बस बहुत ज्यादती की थी, लिहाजा इजाजत दियो मैं जाके झूठी मारा अंदर।